ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੋਵਾਂ ਦੀ ਸਾਂਝੀ ਮੀਟਿੰਗ ਹੋਈ ਹੈ। ਦੋਵਾਂ ਪਾਰਟੀਆਂ ਦੇ ਪ੍ਰਧਾਨ ਸਾਹਿਬਾਨ ਹਾਜ਼ਰ ਸੀ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਔਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਾਹਿਬ ਸੂਬੇ ਦੇ ਅਸ਼ਵਨੀ ਸ਼ਰਮਾ ਜੀ ਵੀ, ਦੋਵਾਂ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਵੀ ਹਾਜ਼ਰ ਸੀ। ਇੱਕ ਤਾਂ ਜਿਹੜੀ ਆਲ ਪਾਰਟੀ ਮੀਟਿੰਗ ਕੱਲ੍ਹ ਸਰਕਾਰ ਨੇ ਬੁਲਾਈ ਹੈ, ਦੋਵਾਂ ਪਾਰਟੀਆਂ ਦਾ ਫੈਸਲਾ ਹੈ ਕਿ ਅਸੀਂ ਕੱਲ੍ਹ ਇਹ ਮੀਟਿੰਗ ਜਿਹੜੀ ਹੈ ਅਟੈਂਡ ਕਰਾਂਗੇ। ਮੀਟਿੰਗ ਦੇ ਆਰੰਭ ਦੇ ਵਿੱਚ ਪਹਿਲਾਂ ਤਾਂ ਜਿਹੜੇ ਜਵਾਨ ਚਾਈਨਾ ਬਾਰਡਰ ਦੇ ਉੱਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਖਾਤਰ ਜਿਹੜੇ ਸ਼ਹੀਦ ਹੋ ਗਏ, ਉਹਨਾਂ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਜਿਹੜੇ ਆ ਉਹ ਦੋਵਾਂ ਪਾਰਟੀਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਭੇਟ ਕੀਤੇ ਗਏ। ਜਿਹੜੀਆਂ ਵਿਛੜ ਗਈਆਂ ਆਤਮਾ, ਉਹਨਾਂ ਦੀ ਆਤਮਾ ਦੇ ਵਾਸਤੇ ਅਰਦਾਸ ਕੀਤੀ ਗਈ। ਜਿਹੜੇ ਜਵਾਨ ਜ਼ਖਮੀ ਹੋਏ ਆ ਉਹਨਾਂ ਦੀ ਸਿਹਤਯਾਬੀ ਵਾਸਤੇ ਅਰਦਾਸ ਕੀਤੀ ਗਈ ਔਰ ਸਾਰੇ ਹੀ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਜਿਹੜਾ ਦੋਵਾਂ ਨੇ ਕੀਤਾ ਔਰ ਜਿਹੜੀ ਲਾਮਿਸਾਲ ਕੁਰਬਾਨੀ ਜਵਾਨਾਂ ਨੇ ਕੀਤੀ ਹੈ, ਹਮੇਸ਼ਾ ਹੀ ਜਿਹੜੀ ਹਿੰਦੁਸਤਾਨ ਦੀ ਸਾਰੀ ਜਨਤਾ ਹਮੇਸ਼ਾ ਹਮੇਸ਼ਾ ਵਾਸਤੇ ਉਸ ਕੁਰਬਾਨੀ ਦੇ ਅੱਗੇ ਸਿਰ ਝੁਕਾਉਂਦੀ ਹੈ ਔਰ ਹਮੇਸ਼ਾ ਉਹਨੂੰ ਯਾਦ ਰੱਖੇਗੀ। ਦੂਜਾ ਕੱਲ੍ਹ ਦੀ ਮੀਟਿੰਗ ਦੇ ਵਿੱਚ ਹਾਜ਼ਰ ਹੋਵਾਂਗੇ, ਲੇਕਿਨ ਇਹ ਅਸੀਂ ਸਾਰੇ ਹੀ ਮਹਿਸੂਸ ਕਰਦੇ ਹਾਂ ਕਿ ਅਸਲੀ ਜਿਹੜੇ ਹਿੱਤਾਂ ਵਾਸਤੇ, ਜਿਹਨਾਂ ਗੱਲਾਂ ਵਾਸਤੇ ਆਲ ਪਾਰਟੀ ਮੀਟਿੰਗ ਹੋਣੀ ਚਾਹੀਦੀ ਸੀ, ਉਹਨਾਂ ਤੋਂ ਸਰਕਾਰ ਭੱਜੀ ਹੈ। ਕਿਉਂਕਿ ਇੱਕ ਸ਼ਡਯੰਤਰ ਜ਼ਰੂਰ ਰਚਿਆ ਗਿਆ ਆਲ ਪਾਰਟੀ ਮੀਟਿੰਗ ਦਾ, ਪਰ ਜਿਹੜੇ ਵੱਡੇ ਮੁੱਦੇ ਸੀ ਉਹ ਆਲ ਪਾਰਟੀ ਮੀਟਿੰਗ ਦੇ ਵਿੱਚ ਜਿਨ੍ਹਾਂ 'ਤੇ ਹੋਣੀ ਚਾਹੀਦੀ ਸੀ ਉਹ ਸ਼ਾਮਲ ਨਹੀਂ ਕੀਤੇ ਗਏ। ਇਸ ਕਰਕੇ ਅਸੀਂ ਦੋਵਾਂ ਪਾਰਟੀਆਂ ਨੇ ਅੱਜ ਸਾਂਝੀ ਮੰਗ ਕੀਤੀ ਹੈ ਕਿ ਅਗਲੇ ਹਫ਼ਤੇ ਇੱਕ ਹੋਰ ਆਲ ਪਾਰਟੀ ਮੀਟਿੰਗ ਹੋਵੇ ਜਿਹਦੇ ਵਿੱਚ ਜਿਹੜਾ 5600 ਕਰੋੜ ਦਾ ਪੰਜਾਬ ਦਾ ਰੈਵਨਿਊ ਦਾ ਘਾਟਾ ਪਿਆ ਉਹ ਵਿਸਤਾਰ ਦੇ ਵਿੱਚ ਡਿਸਕਸ ਹੋਣਾ ਚਾਹੀਦਾ। ਜਿਹੜਾ ਸ਼ਰਾਬ ਦਾ ਮਾਫੀਆ ਪੰਜਾਬ ਦੇ ਵਿੱਚ ਕੰਮ ਕਰ ਰਿਹਾ, ਜਿਹੜੀ ਕਰਫਿਊ ਦੇ ਦੌਰਾਨ ਇੰਨੀ ਸ਼ਰਾਬ ਦੀ ਬਲੈਕ ਹੋਈ, ਤਸਕਰੀ ਹੋਈ, ਜਿਹੜਾ ਸੈਂਡ ਮਾਫੀਆ ਦਾ ਇੱਕ ਬਹੁਤ ਵੱਡਾ ਜਾਲ ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਚੱਲ ਰਿਹਾ, ਇਹਨਾਂ ਮੁੱਦਿਆਂ ਦੇ ਉੱਤੇ ਵੀ ਜਿਹੜੀ ਆ ਆਲ ਪਾਰਟੀ ਮੀਟਿੰਗ ਹੋਣੀ ਚਾਹੀਦੀ ਹੈ। ਔਰ ਖਾਸ ਕਰਕੇ ਜਿਹੜਾ ਵੱਡਾ ਰਾਸ਼ਨ ਦਾ ਘੁਟਾਲਾ ਸਾਰੇ ਲੋਕਡਾਊਨ ਦੇ ਪੀਰੀਅਡ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਵੱਲੋਂ ਕਣਕ ਅਤੇ ਦਾਲ ਭੇਜੀ ਗਈ ਸੀ ਉਹ ਗਰੀਬਾਂ ਤੱਕ ਨਹੀਂ ਪਹੁੰਚੀ, ਉਹਦੀ ਵੀ ਜਾਂਚ ਡਿਸਕਸ਼ਨ ਵਾਸਤੇ ਆਲ ਪਾਰਟੀ ਮੀਟਿੰਗ 'ਚ ਡਿਸਕਸ ਹੋ ਗਏ। ਔਰ ਜਿਹੜੇ ਗਰੀਬਾਂ ਦੇ ਲੀਲੇ ਕਾਰਡ ਕੱਟੇ ਗਏ ਆ, ਲੱਖਾਂ ਦੀ ਗਿਣਤੀ ਹੈ, ਉਹਦਾ ਵੀ ਲੇਖਾ ਜੋਖਾ ਆਲ ਪਾਰਟੀ ਮੀਟਿੰਗ ਜਿਹੜੀ ਹੋਵੇ ਉਹਦੇ ਵਿੱਚ ਹੋਵੇ। ਇੱਕ ਜਿਹੜੇ SC ਬੱਚਿਆਂ ਦੇ ਸਕਾਲਰਸ਼ਿਪ ਹੈ, ਲੱਖਾਂ ਬੱਚਿਆਂ ਦੀ ਪੜ੍ਹਾਈ ਸਫ਼ਰ ਕਰ ਰਹੀ ਹੈ, ਇਹ ਵੀ ਅਸੀਂ ਮੰਗ ਕੀਤੀ ਹੈ ਕਿ ਇਹ ਅਗਲੇ ਹਫ਼ਤੇ ਅਸਲੀ ਮੁੱਦਿਆਂ ਦੇ ਉੱਤੇ ਵੀ ਆਲ ਪਾਰਟੀ ਮੀਟਿੰਗ ਜਿਹੜੀ ਹੈ ਬੁਲਾਈ ਜਾਵੇ। ਸਾਨੂੰ ਆਸ ਹੈ ਕਿ ਇਸ ਮੁੱਦੇ ਦੇ ਉੱਤੇ ਵੀ ਸਰਕਾਰ ਗੌਰ ਕਰੇਗੀ, ਇਹਨਾਂ ਸਾਰਿਆਂ ਮੁੱਦਿਆਂ ਦੇ ਉੱਤੇ ਵੀ ਆਲ ਪਾਰਟੀ ਮੀਟਿੰਗ ਜਿਹੜੀ ਹੈ ਉਹ ਬੁਲਾਈ। ਇਹ ਤਾਂ ਜਿਹੜੇ ਮੁੱਦੇ ਮੈਂ ਡਿਸਕਸ ਕੀਤੇ ਆ ਇਹ ਦੋਵਾਂ ਪਾਰਟੀਆਂ ਦੀ ਸਾਂਝੀ ਮੀਟਿੰਗ 'ਚ ਹੋਏ ਆ। ਜਿਹੜੀ ਸਾਡੀ ਪਹਿਲਾਂ ਮੀਟਿੰਗ ਜਿਹੜੀ ਪਹਿਲਾਂ ਹੋਈ ਹੈ ਕੋਰ ਕਮੇਟੀ ਦੀ ਆਪਣੀ ਵੱਖਰੀ, ਉਹਦੇ ਵਿੱਚ ਵੀ ਜਿਹੜੀ ਮੇਅਰਾਂ ਦੀ ਤਾਕਤ ਖਤਮ ਕਰਨ ਦੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਕੋਸ਼ਿਸ਼ ਕੀਤੀ ਹੈ। ਇਹ ਉਹ ਕਾਂਗਰਸ ਪਾਰਟੀ ਹੈ ਜਿਹੜੀ ਕਹਿੰਦੀ ਸੀ ਅਸੀਂ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਵਾਸਤੇ ਸੰਵਿਧਾਨ ਦੇ ਵਿੱਚ ਸੋਧ ਕੀਤੀ ਹੈ, ਪਰ ਅੱਜ ਮੇਅਰ ਜਿਹੜਾ ਕਿ ਲੱਖਾਂ ਵੋਟਾਂ ਬਣ ਕੇ ਸ਼ਹਿਰ ਦਾ ਮੇਅਰ ਚੁਣਿਆ ਜਾਂਦਾ, ਉਹਦੀ ACR ਲਿਖਣ ਦੀ ਪਾਵਰ ਵੀ ਖਤਮ ਕੀਤੀ ਹੈ। ਉਹਨੂੰ ਵੀ ਕੰਡੈਮ ਕੀਤਾ ਗਿਆ ਕਿ ਇਹ ਅਨਡੈਮੋਕ੍ਰੇਟਿਕ ਸਟੈਪ ਹੈ ਸਰਕਾਰ ਦਾ, ਸਰਕਾਰ ਹੌਲੀ ਹੌਲੀ ਜਿਹੜੀ ਤਾਨਾਸ਼ਾਹੀ ਵਾਲੇ ਪਾਸੇ, ਡਿਕਟੇਟਰਸ਼ਿਪ ਵਾਲੇ ਪਾਸੇ ਵੱਧ ਰਹੀ ਹੈ, ਅਫਸਰਸ਼ਾਹੀ ਸੂਬੇ ਦੇ ਵਿੱਚ ਜਿਹੜੀ ਆ ਉਹ ਹਾਈ ਹੈ। ਇੱਕ ਜਿਹੜੀ ਡੀਜ਼ਲ ਅਤੇ ਤੇਲ ਦੀਆਂ ਕੀਮਤਾਂ ਵਧੀਆਂ, ਉਹ ਵੀ ਦੋਵਾਂ ਸਰਕਾਰਾਂ ਨੂੰ ਅਸੀਂ ਬੇਨਤੀ ਕੀਤੀ ਹੈ, ਕੇਂਦਰ ਸਰਕਾਰ ਨੂੰ ਵੀ, ਸੂਬੇ ਦੀ ਸਰਕਾਰ ਨੂੰ, ਕਿਉਂਕਿ ਪਹਿਲਾਂ ਕੇਂਦਰ ਵੱਲੋਂ ਰੇਟ ਵਧੇ, ਹਾਲਾਂਕਿ ਉਹਦੇ ਵਿੱਚੋਂ ਰੈਵਨਿਊ ਦਾ 42% ਸੂਬੇ ਨੂੰ ਵੀ ਆਉਂਦਾ,
पर फिर पंजाब ने वक्रा वैट ला के होर भी बहुत वड्डा बोझ पाया, इस करके वह कीमत भी घटाउण दा जिहड़ा उहदे वास्ते असीं मंग कीती आ। एक बठिंडा थर्मल प्लांट नूं जिहड़ा बंद किया जा रहा उहदा भी अज की मीटिंग दे विच डिस्कस होया, विरोध किया गया। और एक जिहड़ी ईडी दे विच अज अखबारां दे विच प्रमुखता नाल खबर छपी है कि नजायज़ शराब दी फैक्ट्रियां दी जिहड़ियां फाइलां ने वह ईडी नूं देण तों पंजाब पुलिस इनकारी है। यह भी एक गंभीर मसला हैगा कि किन्ना लीडरां दे नाम इन्हां नूं खदशा कि जिहड़े ईडी कोल गए ते नंगे हो जाण। इहदे ते सरकार अपनी स्थिति जिहड़ी है स्पष्ट करे कि जाण बुझ के ईडी दी जाँच दे विच अड़िका क्यों पाया जा रहा। और एक जिहड़ा राणा सोढी जी दा एक केस अज अखबारां दे विच छपिया डबल कंपनसेशन क्लेम करना, उहदे ते उन्होंने अपनी स्थिति स्पष्ट करनी चाहिए है। बड़ी गंभीर एलीगेशन है, इस करके उन्होंने अस्तीफा भी देना चाहिए क्योंकि सूबे की अपनी उन्होंने कमेटी जी उन्हें उन्होंने इंडिक्ट किया, इस करके ये भी गंभीर मसला ये भी अच्छा विचार है। थैंक यू।